ਉਸ ਕਿਸਾਨਾਂ ਨੂੰ ਜਿਹੜਾ ਮੁਆਵਜ਼ਾ ਤੇ ਨੌਕਰੀ ਦਿੱਤੀ ਗਈ ਆ, ਤਿੰਨ ਕਿਸਾਨ ਜਿਹੜੇ ਆ ਉਹ ਸ਼ਹੀਦ ਦਾ ਦੇ ਪਰਿਵਾਰਾਂ ਨੂੰ ਨਾ ਤੇ ਨੌਕਰੀ ਦਿੱਤੀ ਗਈ ਅਜੇ ਤੱਕ, ਉਹਨਾਂ ਦੀਆਂ ਉਹ ਅਜੇ ਮੰਗ ਰਹਿਣ ਦੀ ਹੈ ਸਾਡੀ। ਕਿਸਾਨ ਜਿਹੜੇ ਦਿੱਲੀ ਅੰਦੋਲਨ ਦੇ ਨਾਲ ਜਿਹੜੇ ਉੱਥੇ ਜਾ ਕੇ ਸ਼ਹੀਦ ਹੋਣਾ, ਉਹਨਾਂ ਦਾ ਵੀ ਸਾਡਾ ਵੱਡਾ ਜਿਹੜਾ ਪੰਡ ਰਹਿਣ ਦਿਆ ਜੇ ਨੌਕਰੀ ਦੀ ਗੱਲ ਹੈ ਉਹ ਆ, ਹੋਰ ਮੰਨੀਆਂ ਹੀ ਮੰਗਾਂ ਜਿੱਦਾਂ ਪੰਜ ਪੰਜ ਮਰਲੇ ਦੇ ਪਲਾਟ ਆ ਤੇ ਮਜ਼ਦੂਰਾਂ ਦਾ ਸਮੁੱਚਾ ਜਿਹੜਾ ਵਾ ਬਿੱਲ ਬਕਾਇਆ ਖਤਮ ਕਰਨ ਦੀ ਗੱਲ ਆ, ਨਾਲ ਘਰ ਪਾਉਣ ਦੀ ਗੱਲ ਆ। ਇੱਕ ਆ ਜਿਹੜੀ ਹੁਣ ਫਰਦਾਂ ਸਰਕਾਰ ਨੇ ਨਵਾਂ ਬੋਝ ਪਾ ਦਿੱਤਾ, ਇਹ ਫਰਦਾਂ ਜਿਹੜੀਆਂ ਵਾ ਇਹ ਹੁਣ ਆਰਡਰ ਸ਼ਾਹੀ ਦਿੱਤੇ ਆ, ਉਹ ਸਾਰਾ ਕੁਝ ਜਿਹੜਾ ਵਾ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਇਹਦਾ ਧਰਨਾ ਲੱਗਾ। ਅੱਜ ਮੈਂ ਸਤਨਾਮ ਸਿੰਘ ਮਾਣੋਚਾਲ ਜ਼ਿਲ੍ਹਾ ਆਗੂ, ਮੰਗਾਂ ਸਾਡੀਆਂ ਵਾ ਵੀ ਪਿਛਲੇ ਸਮੇਂ ਦੀਆਂ ਜਿਹੜੇ ਸਾਡੇ ਸਮਝੌਤੇ ਹੋਏ ਸਰਕਾਰ ਦੇ ਨਾਲ, ਪੰਜਾਬ ਸਰਕਾਰ ਦੇ ਨਾਲ, ਪਿਛਲੇ ਕਿਸਾਨ ਅੰਦੋਲਨ ਦੌਰਾਨ ਜਿਹੜੇ ਸ਼ਹੀਦ ਹੋਏ ਸੀ ਕਿਸਾਨ, ਉਹਨਾਂ ਦੇ ਵਿੱਚ ਕੁਛ ਕਿਸਾਨਾਂ ਨੂੰ ਜਿਹੜਾ ਮੁਆਵਜ਼ਾ ਅਤੇ ਨੌਕਰੀ ਦਿੱਤੀ ਗਈ ਆ, ਤਿੰਨ ਕਿਸਾਨ ਜਿਹੜੇ ਆ ਉਹ ਸ਼ਹੀਦ ਦੇ ਪਰਿਵਾਰਾਂ ਨੂੰ ਨਾ ਤਾਂ ਨੌਕਰੀ ਦਿੱਤੀ ਗਈ ਅਜੇ ਤੱਕ, ਉਹਨਾਂ ਦੀਆਂ ਉਹ ਅਜੇ ਮੰਗ ਰਹਿਣ ਦੀ ਹੈ ਸਾਡੀ। ਨਾਲ ਜਿਹੜੇ ਆ ਗਾਂ ਕਿਸਾਨ ਜਿਹੜੇ ਦਿੱਲੀ ਅੰਦੋਲਨ ਦੇ ਨਾਲ ਜਿਹੜੇ ਉੱਥੇ ਜਾ ਕੇ ਸ਼ਹੀਦ ਹੋਣਾ, ਉਹਨਾਂ ਦਾ ਵੀ ਸਾਡਾ ਵੱਡਾ ਜਿਹੜਾ ਫੰਡ ਰਹਿਣ ਦਿਆ ਜੇ ਨੌਕਰੀ ਦੀ ਗੱਲ ਹੈ ਉਹ ਆ, ਹੋਰ ਮੰਨੀਆਂ ਹੀ ਮੰਗਾਂ ਜਿੱਦਾਂ ਪੰਜ ਪੰਜ ਮਰਲੇ ਦੇ ਪਲਾਟ ਆ ਅਤੇ ਮਜ਼ਦੂਰਾਂ ਦਾ ਸਮੁੱਚਾ ਜਿਹੜਾ ਵਾ ਬਿੱਲ ਬਕਾਇਆ ਖਤਮ ਕਰਨ ਦੀ ਗੱਲ ਆ, ਨਾਲ ਘਰ ਬਣਾਉਣ ਦੀ ਗੱਲ ਆ। ਇੱਕ ਆ ਜਿਹੜੀ ਹੁਣ ਫਰਦਾਂ ਸਰਕਾਰ ਨੇ ਨਵਾਂ ਬੋਝ ਪਾ ਦਿੱਤਾ, ਇਹ ਫਰਦਾਂ ਜਿਹੜੀਆਂ ਵਾ ਇਹ ਹੁਣ ਆਰਡਰ ਸ਼ਾਹੀ ਦਿੱਤੇ ਆ, ਉਹ ਸਾਰਾ ਕੁਝ ਜਿਹੜਾ ਵਾ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਅੱਜ ਦਾ ਧਰਨਾ ਲੱਗਾ। ਹਾਂਜੀ, ਉਹ ਪਰਚੇ ਜਿਹੜੇ ਆ ਉਹ ਪਰਚੇ ਸਮੁੱਚੇ ਜਿਹੜੇ ਆ ਉਹ ਹੈਗੇ ਨੇ ਵੀ ਜਿੰਨੇ ਆ ਕਰੋਨਾ ਦੇ ਪਰਾਲੀ ਦੇ ਹੋਰ ਜਿਹੜੇ ਪਰਜੇ ਆ ਕਿਸਾਨਾਂ ਦੇ ਉਹ ਸਾਰੇ ਰੱਦ ਕੀਤੇ ਜਾਣ, ਕਿਉਂਕਿ ਸਮਝੌਤਾ ਹੋਇਆ ਸਰਕਾਰ ਦੇ ਨਾਲ, ਸਰਕਾਰ ਨੇ ਮੰਨਿਆ ਆਵੇ ਮੰਨੀਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ। ਅੱਜ ਜਿਹੜਾ 3 ਰੋਜ਼ਾ ਡੀਸੀ ਦਫ਼ਤਰਾਂ ਦੇ ਧਰਨਾ, ਅਤੇ ਉਹ ਤੋਂ ਬਾਅਦ ਜੇ ਨਾ ਸਰਕਾਰ ਮੰਨੀ ਤਾਂ ਫਿਰ ਰੇਲਾਂ 'ਤੇ ਜਾਵਾਂਗੇ। ਮੈਂ ਜੀ ਹਰਪ੍ਰੀਤ ਸਿੰਘ ਸਿੱਧਵਾਂ, ਜ਼ਿਲ੍ਹਾ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਅੱਜ ਅਸੀਂ ਪੰਜਾਬ ਦੇ ਲਗਭਗ 12-13 ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਅੱਗੇ ਜਿਹੜੇ ਆ ਉਹ ਪੱਕੇ ਮੋਰਚੇ ਲਾ ਰਹੇ ਆ। ਉਹਦੇ ਵਿੱਚ ਸਾਡੀਆਂ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਮੰਗਾਂ ਵਾ, ਕੁਝ ਲੋਕਲ ਪੱਧਰ ਦੀਆਂ ਮੰਗਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਆ, ਉਹ ਕਾਫੀ ਲੰਬੇ ਸਮੇਂ ਤੋਂ ਲਟਕ ਰਹੀਆਂ। ਪੰਜਾਬ ਸਰਕਾਰ ਨੇ ਵੀ ਵੱਖ ਵੱਖ ਮੀਟਿੰਗਾਂ ਦੇ ਵਿੱਚ ਸਾਡੇ ਨਾਲ ਮੰਗਾਂ ਮੰਨਣ ਦਾ ਭਰੋਸਾ ਦਿੱਤਾ, ਲਿਖਤੀ ਭਰੋਸੇ ਵੀ ਦਿੱਤੇ ਗਏ, ਪਰ ਉਹ ਮੰਗਾਂ ਸਾਡੀਆਂ ਜਿਉਂ ਦੀਆਂ ਤਿਉਂ ਪਈਆਂ, ਕਿਉਂਕਿ ਕਿਸਾਨੀ ਅੰਦੋਲਨ ਦਿੱਲੀ ਵਿੱਚ ਚੱਲਦਾ ਹੋਣ ਕਾਰਨ ਪੂਰਾ ਧਿਆਨ ਉੱਥੇ ਦਿੱਲੀ ਲੱਗਾ ਸੀ ਅਤੇ ਪੰਜਾਬ ਸਰਕਾਰ ਉਦੋਂ ਦੀ ਘੇਸ ਮਾਰ ਕੇ ਬੈਠੀ ਸੀ। ਅਤੇ ਹੁਣ ਅਸੀਂ ਜਿੱਥੇ ਦਿੱਲੀ ਅੰਦੋਲਨ ਚਲਾਇਆ ਵਾ, 25 ਅਕਤੂਬਰ ਨੂੰ ਤਰਨ ਤਾਰਨ ਤੋਂ ਹਜ਼ਾਰਾਂ ਦਾ ਕਾਫਲਾ ਜਿਹੜਾ ਗਿਆ ਵਾ, ਉੱਥੇ ਦਿੱਲੀ ਅੰਦੋਲਨ ਦੇ ਨਾਲ ਨਾਲ ਪੰਜਾਬ ਦੇ ਵਿੱਚ ਵੀ ਸੰਘਰਸ਼ ਸ਼ੁਰੂ ਕਰਕੇ ਜਿਹੜੀਆਂ ਲੋਕਾਂ ਦੀਆਂ ਮੰਗਾਂ ਵਾ ਲਮਕ ਰਹੀਆਂ, ਲਟਕ ਰਹੀਆਂ, ਚਾਹੇ ਪੰਜਾਬ ਸਰਕਾਰ ਨਾਲ ਆ ਚਾਹੇ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨਾਲ ਆ, ਉਹ ਸਾਰੀਆਂ ਹੱਲ ਕਰਾਉਣ ਵਾਸਤੇ ਜਿਹੜੇ ਆ ਉਹ ਮੋਰਚੇ ਅੱਜ ਤੋਂ ਸ਼ੁਰੂ ਕਰ ਰਹੇ ਆ। ਜੇ ਇਹਦੇ ਵਿੱਚ ਇਹਨਾਂ ਮੋਰਚਿਆਂ ਦੇ ਵਿੱਚ ਸਰਕਾਰ ਨੇ ਮੰਗਾਂ ਨਾ ਮੰਗੀਆਂ ਤੇ 30 ਤਰੀਕ ਤੋਂ ਅਸੀਂ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।